ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫੇਸਬੁੱਕ 'ਤੇ ਇੱਕ ਗੁਰਮੁਖਾਂ ਨੇ ਆਪਾਂ ਨੂੰ ਕਮੈਂਟ ਕੀਤਾ ਅਤੇ ਉਹ ਦੱਸਦੇ ਸੀ ਕਿ ਵੀਰ ਜੀ, ਜਦੋਂ ਮੈਂ ਸਿਮਰਨ ਕਰਦਾ ਮੇਰਾ ਗਲਾ ਦਰਦ ਹੋਣਾ ਸ਼ੁਰੂ ਹੋ ਜਾਂਦਾ, ਮੇਰੇ ਕੋਲ ਬੋਲ ਕੇ ਸਿਮਰਨ ਨਹੀਂ ਹੁੰਦਾ, ਮੈਂ ਕਿੱਦਾਂ ਕਰਾਂ ਮੈਨੂੰ ਦੱਸੋ। ਜੇ ਮੈਂ ਕਹਿੰਦੇ ਬਿਨਾਂ ਬੋਲੇ ਕਰਦਾ ਹਾਂ ਤਾਂ ਵੀ ਨਹੀਂ ਹੁੰਦਾ, ਧਿਆਨ ਨਹੀਂ ਲੱਗਦਾ, ਕਹਿੰਦੇ ਇਹਦੇ ਬਾਰੇ ਦੱਸੋ। ਸੋ ਵਾਹਿਗੁਰੂ, ਦੇਖੋ ਜੇ ਗਲੇ ਦੀ ਕੋਈ ਸਮੱਸਿਆ ਆ, ਸਭ ਤੋਂ ਪਹਿਲਾਂ ਤਾਂ ਕੋਈ ਡਾਕਟਰੀ ਟ੍ਰੀਟਮੈਂਟ ਲਵੋ ਕਿ ਸਾਨੂੰ ਇਹ ਸਮੱਸਿਆ ਕਿਉਂ ਹੁੰਦੀ ਆ। ਮਤਲਬ ਕਈ ਰੀਜ਼ਨ ਹੋ ਸਕਦੇ ਆ ਵੀ ਸਾਡੇ ਕੋਲੋਂ ਸਿਮਰਨ ਕਿਉਂ ਨਹੀਂ ਹੁੰਦਾ। ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਗਲਾ ਹੀ ਦਰਦ ਕਿਉਂ ਕਰਦਾ? ਪੂਰੇ ਦਿਨ ਦੇ ਵਿੱਚ ਆਪਾਂ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਪਰ ਜਦੋਂ ਹੀ ਆਪਾਂ ਸਿਮਰਨ ਕਰਨਾ, ਸਾਡੀ ਢੂਹੀ ਵੀ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ, ਸਾਡੀ ਗਰਦਨ ਵੀ, ਸਾਡੇ ਗੋਡਿਆਂ 'ਚ ਦਰਦ, ਸਾਡੇ ਗਲੇ ਦੇ ਵਿੱਚ ਦਰਦ, ਅਜਿਹਾ ਕਿਉਂ ਹੁੰਦਾ? ਵਾਹਿਗੁਰੂ, ਦੇਖੋ ਪਹਿਲਾਂ ਤਾਂ ਤੁਸੀਂ ਡਾਕਟਰੀ ਟ੍ਰੀਟਮੈਂਟ ਲੈਣਾ। ਡਾਕਟਰੀ ਟ੍ਰੀਟਮੈਂਟ ਲੈ ਕੇ ਆਪਣੇ ਗਲੇ ਦਾ ਇਲਾਜ ਕਰਵਾਓ। ਘਰੇਲੂ ਕਈ ਚੀਜ਼ਾਂ ਤੁਸੀਂ ਲੈ ਸਕਦੇ ਆ। ਇੱਕ ਹਮਦਰਦ ਕੰਪਨੀ ਦੀ ਜਸ਼ੀਨਾ ਆਉਂਦੀ ਆ, ਉਹਨੂੰ ਥੋੜ੍ਹੇ ਜਿਹੇ ਪਾਣੀ ਦੇ ਵਿੱਚ, ਗਰਮ ਗੁਣਗੁਣੇ ਪਾਣੀ ਦੇ ਵਿੱਚ, ਕੋਸੇ ਜਿਹੇ ਪਾਣੀ ਦੇ ਵਿੱਚ ਇੱਕ ਚਮਚ ਡੇਢ ਚਮਚ ਪਾ ਕੇ ਗਰਾਰੇ ਕਰਕੇ ਉਹ ਪਾਣੀ ਨੂੰ ਅੰਦਰ ਲੰਘਾ ਲਓ। ਦੋ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਗਲਾ ਠੀਕ ਹੋ ਜਾਊ। ਬਾਕੀ ਵਾਹਿਗੁਰੂ, ਦੇਖੋ ਜੇ ਗਲੇ ਦੀ ਸਮੱਸਿਆ ਹੈ, ਆਪਾਂ ਜਦੋਂ ਬੋਲਦੇ ਹਾਂ ਤਾਂ ਗਲਾ ਦਰਦ ਕਰਦਾ, ਤਾਂ ਜ਼ਰੂਰੀ ਨਹੀਂ ਸਿਮਰਨ ਉੱਚੀ ਕਰਨਾ, ਵਾਹਿਗੁਰੂ ਵਾਹਿਗੁਰੂ, ਠੀਕ ਆ, ਆਪਾਂ ਮੱਧਮ ਆਵਾਜ਼ 'ਚ ਵੀ ਕਰ ਸਕਦੇ ਹਾਂ, ਵਾਹਿਗੁਰੂ ਵਾਹਿਗੁਰੂ, ਅੱਖਾਂ ਨੂੰ ਬੰਦ ਕਰਕੇ, ਵਾਹਿਗੁਰੂ ਵਾਹਿਗੁਰੂ, ਬੜੇ ਸਹਿਜੇ ਸਹਿਜੇ, ਜ਼ੋਰ ਲਾਉਣ ਦੀ ਲੋੜ ਹੀ ਨਹੀਂ। ਹੁਣ ਜਦ ਜ਼ੋਰ ਲੱਗਦਾ ਹੀ ਨਹੀਂ, ਸਰੀਰ ਦੇ ਵਿੱਚ ਨੁਕਸ ਪੈ ਜਾਂਦਾ, ਦਰਦ ਹੋ ਜਾਂਦਾ, ਫਿਰ ਨਹੀਂ ਆਪਾਂ ਜ਼ੋਰ ਲਾਉਣਾ, ਫਿਰ ਧਿਆਨ ਸਾਡਾ ਲੱਗਣਾ ਹੀ ਨਹੀਂ, ਧਿਆਨ ਤਾਂ ਸਾਡਾ ਇੱਥੇ ਰਹਿ ਜਾਣਾ ਗਲੇ ਦੇ ਵਿੱਚ। ਜਿੱਦਾਂ ਦਾ ਸਰੀਰ ਆ ਉੱਦਾਂ ਦਾ ਸਿਮਰਨ ਕਰਨਾ। ਹੁਣ ਕਈ ਅਜਿਹੇ ਜੀਵ ਆ ਜਿਨ੍ਹਾਂ ਦੇ ਕੋਲ ਚੌਂਕੜੀ ਨਹੀਂ ਪਾਈ, ਗੋਡਿਆਂ 'ਚ ਦਰਦ ਆ, ਅਤੇ ਉਹ ਬੈਠ ਕੇ, ਪੈ ਕੇ, ਕੁਰਸੀ ਦੇ ਉੱਪਰ ਬੈਠ ਕੇ ਵੀ ਕਰ ਸਕਦੇ ਆ, ਕਿਉਂਕਿ ਮਨ ਨੇ ਸੁਣਨਾ, ਤਨ ਦਾ ਕੋਈ ਰੋਲ ਨਹੀਂ, ਇਹਨੂੰ ਨਹੀਂ ਸੁਣਾਉਣਾ। ਤਨ ਦੀ ਤਾਂ ਆਪਾਂ ਹੈਲਪ ਲੈਣੀ ਆ ਵੀ ਜੋ ਮਾਲਕ ਨੇ ਆਪਾਂ ਨੂੰ ਆਹ ਆਪਾਂ ਨੂੰ ਕਰਮ ਇੰਦਰੀ ਦਿੱਤੇ ਆ, ਇਹਨਾਂ ਤੋਂ ਆਪਾਂ ਕੰਮ ਲੈਣਾ। ਇਹ ਜਿਹੜੇ ਕੰਮ ਕਰਦੇ ਆ, ਬੋਲਦੇ ਆ, ਦੇਖਦੇ ਆ, ਸੁਣਦੇ ਆ, ਇਹਨਾਂ ਦੀ ਆਪਾਂ ਵਰਤੋਂ ਕਰਨੀ, ਜਦ ਤੱਕ ਆਪਾਂ ਅੰਤਰਗਤ ਨਹੀਂ ਹੋ ਜਾਂਦੇ। ਜਦੋਂ ਅੰਤਰਗਤ ਹੋ ਜਾਂਦੇ, ਇਹਦੇ ਸਰੀਰ ਦਾ ਵੀ ਕੰਮ ਖਤਮ ਹੋ ਜਾਂਦਾ, ਠੀਕ ਆ। ਅੱਛਾ ਜੀ, ਜੋ ਤੁਸੀਂ ਕਹਿੰਦੇ ਆ ਕਿ ਬਿਨਾਂ ਬੋਲੇ ਮੈਂ ਸਿਮਰਨ ਕਰਨਾ ਚਾਹੁੰਦਾ ਅੰਤਰਗਤ, ਪਰ ਉਹ ਹੁੰਦਾ ਨਹੀਂ। ਵਾਹਿਗੁਰੂ, ਸ਼ੁਰੂਆਤੀ ਦਿਨਾਂ ਦੇ ਵਿੱਚ ਨਹੀਂ ਹੁੰਦਾ, ਕਿਉਂਕਿ ਸਾਡੇ ਫੁਰਨੇ ਬਹੁਤ ਜ਼ਿਆਦਾ ਹੁੰਦੇ ਆ, ਅਤੇ ਬਹੁਤ ਜ਼ਿਆਦਾ ਜਦੋਂ ਫੁਰਨੇ ਹੋਣ ਫਿਰ ਬੋਲ ਕੇ ਹੀ ਅਭਿਆਸ ਕਰਨਾ ਪੈਂਦਾ। ਆਪ ਪਹਿਲਾਂ ਪਿਆਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਇੰਨੀ ਕੁ ਆਵਾਜ਼ 'ਚ ਤਾਂ ਆਪਾਂ ਕਰ ਸਕਦੇ ਹਾਂ, ਨਹੀਂ ਗਲਾ ਦਰਦ ਕਰਦਾ। ਦੂਜਾ, ਆਪਾਂ ਕੋਈ ਖਾਸ ਧਿਆਨ ਨਹੀਂ ਲਗਾਉਣਾ ਗਲੇ ਦੇ ਉੱਤੇ, ਧਿਆਨ ਜੋ ਰੱਖਣਾ ਵਾਹਿਗੁਰੂ ਗੁਰਮੰਤਰ ਦੀ ਧੁਨ ਦੇ ਵਿੱਚ ਰੱਖਣਾ। ਜਦੋਂ ਆਪਾਂ ਅਜਿਹਾ ਸਿਮਰਨ ਕਰਾਂਗੇ ਫਿਰ ਆਪਾਂ ਅੰਤਰਗਤ ਉਤਰਾਂਗੇ, ਮਨ ਸਾਡਾ ਅੰਤਰਗਤ ਚਲੇ ਜਾਊਗਾ, ਫਿਰ ਬੋਲਣ ਦੀ ਲੋੜ ਨਹੀਂ ਹੈ। ਅਤੇ ਮਾਲਕ ਨੇ ਜੇ ਇੱਥੇ ਕਿਰਪਾ ਕਰ ਦਿੱਤੀ ਅਨਹਦ ਸ਼ਬਦਾਂ ਦੀ, ਥੋੜ੍ਹਾ ਜਿਹਾ ਬੋਲ ਕੇ ਅਭਿਆਸ ਕੀਤਾ, ਉਸ ਤੋਂ ਬਾਅਦ ਅਨਹਦ ਸ਼ਬਦ ਜੋ ਕਿ 24 ਘੰਟੇ ਚੱਲਦੇ ਨੇ,
ਜਦੋਂ ਮਰਜ਼ੀ ਇਹਨਾਂ ਦੇ ਵਿੱਚ ਧਿਆਨ ਲਗਾਓ ਅਤੇ ਨਾਮ ਦੀ ਖੁਮਾਰੀ ਚੜਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।